ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਭ ਦਾ ਸਵਾਗਤ ਹੈ ਔਰਕ ਟੀ ਵੀ ਚੈਨਲ ਦੇ ਵਿੱਚ। ਸੋ ਤੁਸੀਂ ਪਹਿਲਾਂ ਵਲੋਗ ਚੈੱਕ ਕੀਤੇ ਹੋਣਗੇ ਅੜੀਸਰ ਸਾਹਿਬ ਅਤੇ ਦੂਜਾ ਸਹੀ ਅੰਮ੍ਰਿਤਸਰ ਸਾਹਿਬ ਦਾ, ਅਤੇ ਤੀਜਾ ਵਲੋਗ ਆਪਾਂ ਬਣਾਉਣ ਜਾ ਰਹੇ ਹਾਂ ਸਪੈਸ਼ਲੀ ਸਾਉਣ ਦੀਆਂ ਤੀਆਂ 'ਤੇ, ਹੈ ਨਾ। ਅਤੇ ਪਿੰਡ ਆਪਣਾ ਹੰਡਾਇਆ ਅਤੇ ਕੋਠੇ ਔਰਖਾ, ਇੱਥੇ ਮੈਂ ਕਹਿੰਦਾ ਜ਼ਿੰਦਗੀ 'ਚ ਕਦੇ ਵੀ ਇੰਨੇ ਸਾਲ ਲੰਘ ਚੁੱਕੇ, ਕਦੇ ਵੀ ਤੀਆਂ ਤੂਆਂ ਤਾਂ ਮੈਂ ਕਹਿੰਦਾ ਭੁੱਲ ਜਾਓ, ਕੋਈ ਪ੍ਰੋਗਰਾਮ ਬਣਾਇਆ ਨਹੀਂ ਸੀ। ਅੱਜ ਪਹਿਲੀ ਵਾਰ ਆਪਾਂ ਉਪਰਾਲਾ ਕੀਤਾ ਗਾ 2024 'ਚ, ਪਹਿਲੀ ਵਾਰ ਉਪਰਾਲਾ ਵੀ ਆਪਾਂ ਇੱਥੇ ਤੀਆਂ ਬਣਾਉਣ ਜਾ ਰਹੇ ਹਾਂ। ਅਤੇ ਵਲੋਗ 'ਚ ਐਂਡ ਤੱਕ ਬਣੇ ਰਹੋ, ਤੁਹਾਨੂੰ ਸਾਰਾ ਪ੍ਰੋਗਰਾਮ ਐਂਡ ਤੱਕ ਤੁਹਾਨੂੰ ਵਲੋਗ ਦੇ ਵਿੱਚ ਹੀ ਦਿਖੂਗਾ। ਅਤੇ ਮੈਂ ਕਹਿੰਦਾ ਪੂਰਾ ਆਨੰਦ ਆਊ ਜੀ, ਤੁਸੀਂ ਦੇਖੋਗੇ ਤੁਹਾਨੂੰ ਲੱਗੂਗਾ ਵੀ ਦੁਬਾਰੇ ਵੀ ਆਪਾਂ ਮੁੜ ਇਹ ਤਿਉਹਾਰ ਸ਼ੁਰੂ ਕਰੀਏ, ਹੈ ਨਾ। ਵੀ ਸਾਰੇ ਜਣੇ ਅਲੋਪ ਹੁੰਦੇ ਜਾਂਦੇ ਕਿਉਂਕਿ ਤਿਉਹਾਰ, ਜੇ ਆਪਾਂ ਸ਼ੁਰੂਆਤ ਕਰਾਂਗੇ ਫਿਰ ਹੀ ਆਪਾਂ ਅੱਗੇ ਵਧਾਂਗੇ, ਫਿਰ ਹੀ ਆਪਣੇ ਜਿਹੜਾ ਪੰਜਾਬ ਉਹ ਪਹਿਲਾਂ ਨਾਲ ਪੰਜਾਬ ਬਣੂ। ਸੋ ਬਣੇ ਰਹੋ ਐਂਡ ਤੱਕ, ਅਤੇ ਇਹ ਸਪੋਰਟ ਜ਼ਰੂਰ ਕਰਿਓ ਨਾ, ਜਿੰਨੇ ਵੀ ਤੁਹਾਡੇ ਲਿੰਕ 'ਚ ਕਿੰਨੇ ਵੀ ਰਿਸ਼ਤੇਦਾਰ, ਜਿੰਨੇ ਵੀ ਤੁਹਾਡੇ ਮਨ ਯਾਰ ਮਿੱਤਰ ਨੇ, ਸਭ ਨੂੰ ਸ਼ੇਅਰ ਕਰੋ ਯਾਰ। ਅਤੇ ਲਾਈਕ ਤਾਂ ਕਰਨਾ ਹੀ ਕਰਨਾ, ਕਮੈਂਟ ਵੀ ਜ਼ਰੂਰ ਕਰੋ, ਜੇ ਕੁਛ ਗਲਤੀ ਹੋਈ ਉਹ ਵੀ ਦੱਸਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਠੀਕ ਹੈ ਜੀ। ਅਤੇ ਧੰਨਵਾਦ ਜੀ, ਮਿਲਦੇ ਐਂਡ ਤੱਕ, ਤੁਹਾਨੂੰ ਸਾਰੀ ਗੱਲਬਾਤ ਵਲੋਗ ਦੇ ਵਿੱਚ ਕਰਾਂਗੇ ਆਪਾਂ, ਠੀਕ ਹੈ ਜੀ। ਸਫਾਈ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਜੀ, ਸੋ ਤੁਹਾਨੂੰ ਐਂਡ ਤੱਕ ਬਣੇ ਸਫਾਈ ਕਰਕੇ ਵੀ ਦਿਖਾਉਣੇ ਆਗੇ, ਸਾਰੇ ਬੰਦੇ ਆਪਣੇ ਲੱਗੇ ਹੋਏ ਸਫਾਈ ਕਰਨ, ਅਤੇ ਪੂਰਾ ਕਲੀਅਰ ਕਰ ਦਾਂਗੇ ਅਤੇ ਕਲੀਨ ਵੀ ਕਰ ਦਾਂਗੇ ਸਾਰਾ। ਮੈਂ ਕਹਿੰਦਾ ਪੱਤਾ ਛਿੱਕਾ ਜਿਹੜਾ ਪਿਆ ਮਿੱਟੀ ਮੁੱਟੀ ਪਈ ਹੈ ਸਾਰੀ ਸਾਫ਼ ਕਰਕੇ ਆਪਾਂ ਇਦੂ ਬਾਅਦ ਅੱਗੇ ਵੱਧਦੇ ਹਾਂ ਵਲੋਗ ਦੇ ਵੱਲ। ਸੋ ਥੈਂਕ ਯੂ ਜੀ, ਸਫਾਈ ਕਰ ਲੈਣ ਤੋਂ ਪਹਿਲਾਂ ਫਿਰ ਮਿਲਦੇ ਹਾਂ ਤੁਹਾਨੂੰ। ਚੈਣੇ ਕੁਲਵੰਤ ਸੁੱਕਬਰੀ ਦਾ ਹਾਂਜੀ, ਟੈਂਟ ਵੀ ਰੈਡੀ ਆ ਅਤੇ ਡੀਜੇ ਵੀ ਆ ਚੁੱਕੇ ਨੇ, ਠੀਕ ਹੈ ਨਾ। ਅਤੇ ਥੋੜ੍ਹੇ ਟਾਈਮ ਤੱਕ ਸਾਰਾ ਸੈਟਅਪ ਰੈਡੀ ਹੋ ਜਾਣਾ, ਅਤੇ ਇਦੂ ਬਾਅਦ ਵਲੋਗ ਤੁਸੀਂ ਦੇਖ ਐਂਡ ਤੱਕ ਬਣੇ ਰਹੋ ਪੂਰਾ। ਮੈਂ ਕਹਿੰਦਾ ਐਂਡ ਲੈਵਲ ਦੀ ਗੱਲਬਾਤ ਹੈ। ਸੋ ਡੀਜੇ ਆ ਚੁੱਕੇ ਨੇ ਆਪਣੇ ਬਾਈ, ਹੁਣ ਸੈਟਅਪ ਰੈਡੀ ਕਰਨਗੇ ਅਤੇ ਟੈਂਟ ਆਪਾਂ ਲੱਗ ਚੁੱਕਿਆ, ਹੁਣ ਇਦੂ ਬਾਅਦ ਆਪਣੀਆਂ ਪੱਤਰਕਾਰ ਸਾਹਿਬ ਵੀ ਆ ਚੁੱਕੇ ਨੇ ਇੱਥੇ, ਕਹਿੰਦੇ ਵੀ ਪੱਤਰਕਾਰੀ ਵੀ ਕਰਨੀ ਇੱਥੇ, ਆਪਾਂ ਮੀਡੀਆ ਦੇ ਵਿੱਚ ਵੀ ਲੈ ਕੇ ਜਾਣਾ ਆਪਣੇ। ਪਹਿਲੀ ਵਾਰ ਹੈ ਨਾ ਉਪਰਾਲਾ ਕੀਤਾ, ਉਹ ਵੀ ਕੋਠਿਆਂ ਦੇ ਵਿੱਚ, ਪਿੰਡਾਂ 'ਚ ਤਾਂ ਨਾ ਲੱਗਦੀਆਂ ਨੇਗੀਆਂ, ਕੋਠਿਆਂ 'ਚ ਪਹਿਲੀ ਵਾਰ ਇਹ। ਅਤੇ ਪਿੰਡ ਹੰਡਾਇਆ ਆਪਣਾ ਜ਼ਿਲ੍ਹਾ ਬਰਨਾਲਾ, ਅਤੇ ਕੋਠੇ ਔਲਖਾਂ 'ਚ ਪਹਿਲੀ ਵਾਰੀ ਤੀਆਂ ਦਾ ਜਿਹੜਾ ਆਪਾਂ ਤਿਉਹਾਰ ਮਨਾਉਣ ਜਾ ਰਹੇ ਹਾਂ। ਸੋ ਕਿਸਾਨ ਵੀਰ ਵੀ ਪਹੁੰਚ ਚੁੱਕੇ ਨੇ, ਐਂਡ ਤੱਕ ਬਣੇ ਰਹੋ ਵਲੋਗ ਦੇ ਵਿੱਚ, ਬਹੁਤ ਹੀ ਮੈਂ ਕਹਿੰਦਾ ਐਂਡ ਦਾ ਵੀ ਗੱਲਬਾਤ ਆ, ਸਾਰਿਆਂ ਨੇ ਜੁੜੇ ਰਹੋ ਜੀ। ਬਾਬਾ ਡੀਜੇ ਸੈੱਟ ਹੋ ਚੁੱਕੇ ਨੇ, ਹੁਣ ਆਪਾਂ ਇੱਥੇ ਮਿਊਜ਼ਿਕ ਚੈੱਕ ਕਰ ਰਹੇ ਨੇ ਬਾਈ ਆਪਣੇ, ਵੀ ਕਿੱਦਾਂ ਵੀ ਬੇਸ ਬੂਸ ਠੀਕ ਲੱਗ ਰਹੀ ਆ, ਅਤੇ ਪਹਿਲਾਂ ਬਾਬਿਆਂ ਦੇ ਗਾਣਾ ਸ਼ੁਰੂਆਤ ਕਰ ਰਹੇ ਹਾਂ, ਠੀਕ ਹੈ ਜੀ। ਦੇਖ ਸਕਦੇ ਤੁਸੀਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇਗੀਆਂ, ਥੋੜ੍ਹੇ ਟਾਈਮ ਤੱਕ ਰੌਣਕਾਂ ਲੱਗਣ ਜਾ ਰਹੀਆਂ, ਅਤੇ ਥੋੜ੍ਹੇ ਟਾਈਮ ਤੱਕ ਰੌਣਕਾਂ, ਠੀਕ ਹੈ ਜੀ। ਹਾਂਜੀ, ਸੋ ਡੀਜੇ ਡੂਜੇ ਲੱਗ ਚੁੱਕੇ ਨੇ ਆਪਣੇ, ਟੈਂਟ ਵੀ ਲੱਗ ਚੁੱਕਿਆ, ਅਤੇ ਹੁਣ ਬਾਈ ਮਿਊਜ਼ਿਕ ਚੈੱਕ ਕਰ ਰਿਹਾ ਨਾ ਬੇਸ ਬੂਸ 'ਤੇ, ਬਾਬਿਆਂ ਦਾ ਗਾਣਾ ਲਾ ਕੇ ਆਇਓ, ਦਿਖਾਉਣੇ ਸਮੁੰਦਰ ਦਾ ਵਿਊ ਖਾਈ ਦਾ। ਦੇਖ ਸਕਦੇ ਹੋ ਟੈਂਟ ਲੱਗ ਗਿਆ, ਡੀਜੇ ਵੀ ਸੈੱਟ ਹੋ ਚੁੱਕੇ ਨੇ, ਅਤੇ ਬਾਈ ਹੁਣੀ ਪੱਖਾ ਪੁੱਖਾ ਵੀ ਲਿਆ ਰਹੇ ਨੇ, ਪ੍ਰਬੰਧ ਪੂਰਾ ਹੈ ਨਾ। ਸੋ ਜੁੜੇ ਰਹੋ, ਰੌਣਕਾਂ ਲੱਗਣ ਜਾ ਰਹੀਆਂ ਥੋੜ੍ਹੇ ਟਾਈਮ ਤੱਕ। ਹੈਲੋ, ਦੇਖ ਸਕਦੇ ਹੋ ਤੁਸੀਂ ਸਾਡੇ ਆਸੇ ਪਾਸੇ ਟੈਂਟ ਲੱਗਿਆ ਹੋਇਆ, ਅਤੇ ਹੌਲੀ ਹੌਲੀ ਇੱਥੇ ਸੰਗਤ ਆਉਣ ਲਈ, ਸੰਗਤ ਨੂੰ ਗੰਡ ਫੜ ਕਰ ਹੈਲੋ ਹੈਲੋ ਹਾਂਜੀ, ਮੈਕ ਮੂਕ ਤਾਂ ਰੈਡੀ ਆਪਣਾ, ਠੀਕ ਹੈ, ਟੈਂਟ ਟੁੰਟ ਲੱਗਿਆ ਹੋਇਆ ਹੈਗਾ ਆਸੇ ਪਾਸੇ, ਡੀਜੇ ਵੀ ਵੀਰੇ ਨੇ ਸੈੱਟ ਕਰਤੇ, ਅਤੇ ਹੁਣ ਥੋੜ੍ਹੇ ਟਾਈਮ ਤੱਕ ਮੈਂ ਕਹਿੰਦਾ ਰੌਣਕਾਂ ਲੱਗਣ ਵਾਲੀਆਂ ਨੇ ਪੂਰੀਆਂ, ਐਂਡ ਤੱਕ ਬਣੇ ਰਹੋ ਵਲੋਗ ਦੇ ਵਿੱਚ, ਚੈਨਲ ਸਬਸਕ੍ਰਾਈਬ ਕਰਦੇ ਔਰਕ ਟੀ ਵੀ ਚੈਨਲ ਆ, ਬਹੁਤ ਵਾਰੀ ਦੱਸ ਦਿੱਤਾ ਤੁਹਾਨੂੰ, ਸਬਸਕ੍ਰਾਈਬ ਕਰਕੇ ਘੰਟੇ ਦਾ ਬਟਨ ਦਬਾ ਦਿਓ, ਠੀਕ ਹੈ ਜੀ, ਥੈਂਕ ਯੂ, ਲਾਈਕ ਕਰ ਦਿਓ ਤੱਕ। ਆਪਣੇ ਹੋਰ ਵੀ ਆਪਣੇ ਬਾਈ ਆ ਚੁੱਕੇ ਨੇ, ਚੈਨੇ ਹੁਣੀ ਪਹੁੰਚ ਚੁੱਕੇ ਨੇ, ਸਮਾਨ ਲੈ ਕੇ ਖਾਲੀ ਚੱਕ ਆ ਚੁੱਕਿਆ ਜੀ ਆਪਣਾ, ਅਤੇ ਤਿਆਰੀਆਂ ਚੱਲ ਰਹੀਆਂ ਨੇ ਪੂਰੀਆਂ ਆਪਣੀਆਂ, ਇੱਕ ਘੰਟਾ ਰਹਿ ਗਿਆ ਦੁਬਾਰਾ ਤੀਆਂ ਦੀਆਂ ਰੌਣਕਾਂ ਸ਼ੁਰੂ ਨੇਗੀਆਂ। ਸੋ ਬਾਈ ਹੁਣ ਢੋ ਰਹੇ ਨੇ ਸਮਾਨ, ਸੋ ਲਵਪ੍ਰੀਤ ਸਿੰਘ, ਸੁਖਪ੍ਰੀਤ ਬਾਈ ਅਤੇ ਕਰਨ, ਸੁਖਪ੍ਰੀਤ ਸੁੱਖਾ ਵੀ ਕਹਿ ਦਿੰਦੇ ਅਤੇ ਪੱਲੀ, ਹਾਂਜੀ ਬੱਦਲ ਆ ਚੁੱਕਿਆ ਪੂਰਾ, ਮੀਂਹ ਦਾ ਮਾਹੌਲ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ, ਇਸ ਲਈ ਇੱਧਰ ਵੀ ਟੈਂਟ ਦਾ ਜਿਹੜਾ ਆਪਾਂ ਦੁਬਾਰੇ ਲਾ ਰਹੇ ਹਾਂ ਇੱਧਰ ਵੀ। ਸੋ ਡੀਜੇ ਵੀ ਬਾਈ ਨੇ ਹੈ ਨਾ,
ਬਾਈ ਨਾਲ ਲੱਗ ਕੇ ਪੰਦਰ ਕਰਵਾ ਦਿੱਤੇ ਆ ਵੀ ਕਿਹੜਾ ਆਪਣਾ ਪੱਤਰ ਜਿਹਾ ਲੰਘ ਜਾਣ ਤੋਂ ਵੀ ਕਿਵੇਂ ਨੁਕਸਾਨ ਹੋ ਜੂਗਾ ਜਿਹੜੀ ਆ ਪੰਦਰ ਲਾ ਦਿੱਤੇ ਅਤੇ ਜਦੋਂ ਹਨੇਰੀ ਵੀ ਆ ਚੁੱਕੀ ਆ ਸ਼ੁਰੂ ਹੋ ਚੁੱਕੀ ਆ ਅਤੇ ਟੈਂਟ ਲਾ ਰਹੇ ਨੇ ਆਪਣੇ ਬੰਦੇ ਅਤੇ ਮੌਸਮ ਬਹੁਤ ਖਰਾਬ ਹੋ ਚੁੱਕਿਆ ਨਾ ਅਤੇ ਆਪਾਂ ਪਰਮਾਤਮਾ ਅਰਦਾਸ ਕਰਦੇ ਹਾਂ ਵੀ ਹੱਥ ਤੱਕ ਮੌਸਮ ਜਿਹੜਾ ਉਹ ਟਿਕ ਜੇ ਅਤੇ ਜਿਹੜਾ ਆਪਣੀ ਤੀਆਂ ਦਾ ਪ੍ਰੋਗਰਾਮ ਖਰਾਬ ਨਾ ਹੋਵੇ ਅਤੇ ਆਪਣੀ ਮਿਹਨਤ ਕਰੀ ਕਰੀ ਨਹੀਂ ਆਈ ਬਸ ਪੀਂਗ ਤਾਂ ਇੱਧਰ ਪਾਉਣੀ ਆ ਚੜਿਆ ਨੀ ਗਾ ਹੁਣ ਪੀਂਗ ਆਪਾਂ ਤਾਂ ਇੱਧਰ ਦੂਜਾ ਟਾਣੇ ਤੇ ਪਾਉਣੇ ਆ ਆਹ ਟਾਣੇ ਤੇ ਪੀਂਗ ਪਾ ਦਿੱਤੀ ਸੀ ਲੋਟ ਨਹੀਂ ਆਈ ਇੱਧਰ ਪਾਉਣੇ ਕਹਿੰਦੇ ਵੀ ਝੂਠਾ ਜਿਹੜਾ ਵਧੀਆ ਆਵੇ ਦੂਰ ਤੱਕ ਜਾਵੇ ਸੋ ਲਾਪਰੀ ਪੀਂਗ ਪਾਉਣ ਦੁਆਰੇ ਚੱਕ ਚੁੱਕਿਆ ਤੇ ਲਾਪਰੀ ਦੁਆਰੇ ਪੀਂਗ ਪਾਉਣ ਜਾ ਰਿਹਾ ਲਾਪਰੀ ਤੇ ਬਾਈ ਦੇਖ ਕੇ 70 ਕਿਲੋ ਨਾ ਆਏ ਕਿਤੇ 70 ਕਿਲੋ ਤੈਨੂੰ ਪਤਾ ਅੱਜ ਕੱਲ੍ਹ ਲੈਬ ਜ਼ਿਆਦਾ ਰਹਿੰਦਾ ਉਹ ਦੇਖ ਸਕਦੇ ਤੁਸੀਂ
ਤੀਆਂ ਤੇ ਲੰਗਰ ਤੁਸੀਂ ਪਹਿਲੇ ਵਾਰ ਦੇਖਿਆ ਹੋਣਾ, ਦੇਖ ਸਕਦੇ ਹੋ ਸਮਾਨ ਵੱਧ ਗਿਆ ਜੀ, ਕਹਿੰਦੇ ਲੰਗਰ ਚਲਾ ਤਾ।